मेरा नाम रामफल सिंह है जी। रामफल सिंह जी, अज तुहाडे वल्लों कार्य कीता गया, की काम है, किन्ने बजे कराउ दित्ता गया? ये जी इन्हां दा कराउदा साडा मतलब ये है जी, ये मान लो सवेरे 4 बजे आए ने उरे, जो कि इन्हां दा मतलब नहीं बनता है 4 बजे आने का, क्योंकि साडे बच्चे भी ने, नहाउंदे भी ने, कोई मान लो धारा कढ़दा मैसां भी ने, इन्हां दा मतलब नहीं ना आउंदा सवेरे। हाँ दफ्तर दे हिसाब नाल, दफ्तर दे टाइम नाल आण, जदों असीं जांदे तां दफ्तर दे टाइम ते सानूं मिलदे ने, असीं कहड़ा सवेरे 4 बजे जांदे इन्हां दे। नहीं हले कोई गलबात नहीं हो रही, हले ये कह रहे ने सानू भी ऐ पैसे पा देने, ऐ कर देने, हले कोई गलबात नहीं हो रही साडी इन्हां नाल। नहीं कोई कुंडी नहीं जी, ऊं मान लो जो बाहरों तार खिंचांगे थलो ऊं वैसे तारा खिंची जांदे ने, थोड़ी हुंदा जी। ਕਦੋਂ ਤੱਕ ਕਰਾਓ ਜਾਰੀ ਰਹੇਗਾ ਇਹ? ਜਿੰਨਾ ਤੱਕ ਸਾਡਾ ਕੋਈ ਮੰਨ ਲਓ ਸਾਡਾ ਮਸਲੇ ਦਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ, ਹਾਂ ਟਾਈਮ ਟੇਬਲ ਦੇ ਹਿਸਾਬ ਨਾਲ ਦਿਨੇ ਆਣ ਉਰੇ ਜੀ ਸੱਦ ਕੇ ਵੈਲਕਮ ਇਹਨਾਂ ਦਾ, ਪਰ ਜਦੋਂ ਬੇ ਟਾਈਮ ਹੈ ਸਵੇਰੇ 4 ਵਜੇ ਆਉਂਦੇ ਨੇ, ਉਧਰੋਂ ਕੋਈ ਮਾਤਾ ਨਹਾਉਣ ਲੱਗ ਰਹੀ ਹੈ ਜਾਂ ਕੋਈ ਬੱਚਾ ਸਾਡਾ ਉਹ ਕਰਨ ਲੱਗ ਰਿਹਾ, ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਕੁਲਤੇਜ ਸਿੰਘ ਜੀ। ਜੀ ਕਿਹੜਾ ਕੀਤਾ ਗਿਆ ਤੁਹਾਡੇ ਵੱਲੋਂ ਬਿਜਲੀ ਬੋਰਡ ਵਾਲੇ ਮੁਲਾਜ਼ਮ ਆਏ ਸੀ ਇੱਥੇ? ਇਹ ਜੀ ਇਹ ਤੜਕੀ 4 ਵਜੇ ਆਏ ਨੇ ਜੀ, ਚਾ ਹਰੇਕ ਬੰਦਾ ਕੋਈ ਨਹਾ ਰਿਹਾ ਸੀ, ਕੋਈ ਪਾਠ ਕਰ ਰਿਹਾ ਸੀ, ਇਹਨਾਂ ਨੇ ਆ ਕੇ ਅਸੀਂ ਵੜ ਗਏ ਘਰੇ ਆ ਕੇ, ਸਾਰਿਆਂ ਦਾ ਖੁੱਟ ਜਾਓ ਜੀ, ਦਫ਼ਤਰ 'ਚ 9 ਵਜੇ ਜਾਂਦੇ ਹਾਂ, ਕਦੇ ਉੱਥੇ ਦਫ਼ਤਰ 'ਚ ਬੈਠੇ ਨਹੀਂ ਇਹ 4 ਵਜੇ ਬਿਜਲੀ ਵਾਲੀ। ਬਾਕੀ ਭਗਵੰਤ ਮਾਨ ਨੂੰ ਬੇਨਤੀ ਵੀ ਤਾਂ 600 ਯੂਨਿਟ ਮਾਫ਼ ਕਰ ਰੱਖੀ ਹੈ ਤੂੰ, ਜਾਂ ਤਾਂ 600 ਤੋਂ ਜੇ ਉੱਪਰ ਹੋ ਗਈ ਤਾਂ ਫਿਰ ਸਾਰੀ ਦਾ ਬਿੱਲ ਆਉਂਦਾ, ਵੀ ਉਹ 600 ਛੱਡੇ, ਲੋਕ ਕੁੰਡੀ ਲਾਉਂਦੀ ਨਹੀਂ ਹੈਗੇ, ਹੁਣ ਉਹਦੇ ਮਾਰੇ ਨੂੰ ਕੁੰਡੀ ਲਾਉਣੀ ਪੈਂਦੀ, ਕਹਿੰਦਾ 600 ਇੱਕ ਨਾ ਹੋ ਜਾਏ ਕਿਤੇ ਯੂਨਿਟ, ਫਿਰ ਉੱਥੇ ਕੰਮ ਖੜਿਆ ਸਾਰਾ। ਅੱਜ ਕੋਈ ਨਾ ਕੁੰਡੀਆਂ ਵਗੈਰਾ ਫੜੀਆਂ? ਹਾਂ ਕੁੰਡੀਆਂ ਫੜਨ ਆਏ ਤੇ ਜੋ ਦੁਨੀਆ ਨੇ ਕਰਿਆ ਉਹ ਕਰ ਲਿਆ, ਉਹਨੇ ਅੰਦਰ ਇੱਥੇ ਉਹ ਕਰ ਲਿਆ। ਨਾ ਜੀ ਕੋਈ ਗੱਲ ਨਹੀਂ, ਐਸ ਡੀ ਓ ਅੜਿਆ ਖੜਿਆ, ਕਹਿੰਦਾ ਮੈਂ 13,000 ਪੈ 14,000 ਨੂੰ ਕਿਲੋ ਵੱਟ ਦੇ ਹਿਸਾਬ ਨਾਲ ਪੈਸੇ ਪਾਉਂਗਾ, ਉਹਦੇ ਕਰਕੇ ਫਿਰ ਇਹ ਕਰਾਓ ਕਰਕੇ ਕਰਾਓ ਜਾਰੀ ਹੋਊਗੇ? ਹਾਂ ਜੀ ਹਾਂ, ਇਹਨਾਂ ਦਾ ਤੇਜ਼ ਕਰਾਂਗੇ ਹੋਰ ਜੀ, ਕਰਿਓ ਜਾਰੀ। ਹਰਚਰਨ ਸਿੰਘ ਹੈ ਜੀ। ਹਰਚਰਨ ਸਿੰਘ ਜੀ, ਜਿਹੜਾ ਕਰਾਓ ਕੀਤਾ ਗਿਆ ਅਧਿਕਾਰੀਆਂ ਦਾ, ਕਿੰਨੇ ਵਜੇ ਕੀਤਾ ਤੁਹਾਡੇ ਵੱਲੋਂ ਕਰਾਓ ਜੀ? ਇਹਦਾ 4 ਵਜੇ ਆਏ ਤੇ ਜੀ, ਮੇਰੇ ਘਰੇ ਵੀ ਆਏ 2-3 ਬੰਦੇ, ਕਹਿੰਦੇ ਵੀ ਕੁੰਡੀ ਕਾਂਡੀ ਮੈਂ ਦੇਖ ਲਓ, ਫਿਰ ਕਹਿੰਦੇ ਤੁਹਾਡਾ ਲੋਡ ਲਾੜ ਚੈੱਕ ਕਰਾਓ, ਮੈਂ ਭਰਿਆ ਹੋਇਆ ਲੋਡ ਵੀ ਤੁਹਾਡੇ, ਉਹਨਾਂ ਨੂੰ ਪੁੱਛ ਲਓ ਮੁਲਾਜ਼ਮਾਂ ਨੂੰ। ਇਹ ਤੜਕੀ ਆਉਂਦੇ ਨੇ ਜੀ, ਲੋਕਾਂ ਦੇ ਬਾਹਰ ਅੜੇ ਹੁੰਦੇ ਨੇ, ਕੋਈ ਕੋਟ ਉੱਤੋਂ ਦੀ ਟੱਪ ਕੇ ਚੜ੍ਹਿਆ, ਕੋਈ ਕਿਤੋਂ ਦੀ ਚੜ੍ਹਿਆ, ਕੋਈ ਕੁੰਡੀ ਨਹੀਂ, ਅੱਧੀਆਂ ਤਾਰਾਂ ਦਾ ਦੂਜੀਆਂ ਕਿਹੜੀਆਂ ਕੇਬਲ ਤਾਰਾਂ ਨੇ ਨਾ ਜੀ, ਟੀਵੀਆਂ ਦੇ ਵਿੱਚ ਲੱਗੀਆਂ ਨੇ, ਉਹ ਵੱਢੀ ਫਿਰਦੇ ਨੇ ਉਰੇ, ਕਿਸੇ ਦੀ ਕੁੰਡੀ ਦਾ ਨਹੀਂ, ਬਸ ਨੌ ਲਿਖ ਲਏ ਉੱਤੋਂ ਲਾਮਾ ਤੋਂ ਵੱਢ ਲਏ ਵੀ ਤੁਹਾਡੀ ਕੁੰਡੀਆਂ ਵੱਢ ਲਈਆਂ। ਇਹ ਤਾਂ ਗੌਰਮੈਂਟ ਆਪ ਹੀ ਚੋਰੀ ਕਰਾਉਂਦੀ ਹੈ ਜੀ, ਕਹਿੰਦੇ ਨੇ 600 ਤੋਂ ਵੱਧ ਜੇ ਤੁਸੀਂ ਮਚਾ ਤੀ ਫਿਰ ਬਿੱਲ ਭਰਨਾ ਪਊਗਾ, ਹੁਣ ਹਰੇਕ ਬੰਦਾ ਕਹਿੰਦਾ ਵੀ ਘੱਟੇ ਰਹੇ ਜਾਂ ਤਾਂ ਇਹਨੂੰ ਮਾਫ਼ ਹੀ ਕਰ ਦੇਣ ਜਾਂ ਸਾਰੇ ਦੀ ਲੈਣ ਬਿੱਲ, ਅਸੀਂ ਤਾਂ ਇਹ ਜਾਂਦੇ ਹਾਂ ਜੀ। ਕਰੋ ਤਾਂ ਜੀ ਬੈਠੇ ਹਾਂ, ਪਰੌਂਠੇ ਪੱਕਦੇ ਨੇ ਸਾਰਿਆਂ ਨੂੰ, ਖਵਾ ਦੇ ਚਾਹਾਂ ਪਿਆ ਦੀਆਂ ਮੁਲਾਜ਼ਮਾਂ ਨੂੰ, ਪੱਖੇ ਲਾ ਰੱਖੇ ਨੇ ਇਹਨਾਂ ਨੂੰ, ਹੁਣ ਜੇ ਮੰਨਣਗੇ ਠੀਕ ਆ, ਨਹੀਂ ਫਿਰ ਲਾਈਟ ਵੀ ਕੱਟਾਂਗੇ ਅਸੀਂ, ਕਰੋ ਤਾਂ ਚੱਲੂਗੀ, ਪਿੰਡ ਦਾ ਕੰਮ ਹੈ ਜੀ ਉਰੇ। ਮੇਰਾ ਨਾਮ ਗੁਰਸੇਵ ਸਿੰਘ ਹੈ ਜੀ, ਅਤੇ ਮੈਂ ਜੋ ਲਹਿਰਾ ਗਾ ਸਵਰਬਨ 'ਚ ਅਤੇ ਡਿਊਟੀ ਨਿਭਾ ਰਿਹਾ। ਸਰ ਕਦੋਂ ਤੁਸੀਂ ਸਵੇਰੇ ਇੱਥੇ ਆਏ ਸੀ ਵੇਟ ਕਰਨ ਲਈ? ਸਵੇਰੇ ਭਾਗ ਦੇ ਅਨੁਸਾਰ ਅਸੀਂ ਸਵੇਰੇ 5:30 ਦੇ ਤਕਰੀਬਨ, 5:30 ਦੇ ਤਕਰੀਬਨ ਆਏ ਸੀ ਇੱਥੇ, ਅਤੇ ਪਿੰਡ ਜਲੂਰ 'ਚ ਰਾਤ ਨੂੰ ਕਈ ਵਾਰ ਲਾਈਟ ਦੀ ਸਮੱਸਿਆ, ਦਿਨ ਦੀ ਸਮੱਸਿਆ, ਥੋੜ੍ਹੀ ਵੋਲਟੇਜ ਦੀ ਸਮੱਸਿਆ ਜ਼ਿਆਦਾ ਰਹਿੰਦੀ ਸੀ, ਇਸ ਕਰਕੇ ਸਵੇਰੇ ਅੱਜ ਰੇਡ ਕਰੀ, ਰੇਡ 'ਤੇ ਘੱਟੋ ਘੱਟ ਤਕਰੀਬਨ 8-9 ਉਂਡੀਆਂ ਅਸੀਂ ਫੜਦੇ ਸੀ, ਅਤੇ ਜਦੋਂ ਅਸੀਂ ਉਂਡੀਆਂ ਫੜ ਕੇ ਵਾਪਸ ਜਾਣ ਲੱਗੇ ਤਾਂ ਮੇਰਾ ਅਤੇ ਮੇਰੀ ਟੀਮ ਦਾ ਸਾਰਾ ਘਰਾ ਕੀਤਾ ਗਿਆ, ਅਤੇ ਹੁਣ ਘਰਾ ਕਰਕੇ ਸਵੇਰ ਦੇ ਅਸੀਂ ਮੰਜੀ ਬਣਾਏ ਹੋਏ ਹਾਂ। ਕਿੰਨੇ ਅਧਿਕਾਰੀ ਨੇ ਜਿਹੜੇ ਤੁਹਾਡੇ, ਕਿੰਨਾ ਕਿੰਨਾ ਅਧਿਕਾਰੀਆਂ ਦਾ ਕਰਾਓ ਕੀਤਾ? ਮੇਰੇ ਨਾਲ ਸਾਡੇ ਐਸ ਡੀ ਓ ਸਾਹਿਬ ਵੀ ਨੇ, ਦੂਜੇ ਮੋਣਕ ਵਾਲੇ, ਅਤੇ ਐਸ ਡੀ ਓ ਮੰਗਾਂ ਵਾਲੇ, ਬਾਕੀ ਜਿੰਨੇ ਸਾਡੇ ਸੌੜੀ ਨੇ, ਮੇਰੇ ਜੇਈ ਨੇ ਉਹ ਨੇ, ਅਤੇ ਬਾਕੀ ਮੁਲਾਜ਼ਮ ਏਲਮ ਲੈਣ ਨੇ ਸਾਰੇ। ਸਰ ਕਦੋਂ ਕਰਾਓ ਕੀਤਾ ਗਿਆ? ਤਕਰੀਬਨ ਮੰਨ ਕੇ ਚੱਲੋ ਜੀ 7:30 ਵਜੇ ਸਾਡਾ, 7 ਵਜੇ ਕਰਾ ਹੋ ਗਿਆ ਸੀ, 7:15 ਵਜੇ, ਉਸ ਤੋਂ ਬਾਅਦ ਅਸੀਂ ਲਗਾਤਾਰ ਇੱਥੇ ਲਿਖੇ ਹਾਂ। ਹਾਂਜੀ ਹਾਂਜੀ, ਸਾਡੇ ਹਾਇਰ ਅਥੋਰਟੀ ਨੂੰ ਮੈਂ ਕਹਿਤਾ ਕਿ ਇਹਨਾਂ ਨੂੰ ਸਾਰੀ ਗੱਲਬਾਤ, ਅਤੇ ਉਹਨਾਂ ਨਾਲ ਗੱਲਬਾਤ ਚੱਲਦੀ ਹੈ, ਅਤੇ ਨਾਲ ਦੇ ਮੌਕੇ ਸਾਡੇ ਪੁਲਿਸ ਮੁਲਾਜ਼ਮ ਵੀ ਖੜ੍ਹੇ ਨੇ, ਅਤੇ ਉਹ ਵੀ ਸਾਡੇ ਨਾਲ ਨੇ।